ਗਾਣੇ ਰਹਿ ਨਾ ਜਾਣ, ਇਸ ਕਰਕੇ ਹੁਣ ਮੈਨੂੰ ਛੇਤੀ ਛੇਤੀ ਗਾਉਣੇ ਪੈਣੇ ਆ। ਹਾ ਲੰਬੀਆਂ ਮੈਂ ਲਿਸਟਾਂ ਬਣਾ ਲਈਆਂ, ਕਿਹੜਾ ਕਿਹੜਾ ਗਾਉਣ ਦੱਸੋ ਗਾਵਾਂ ਜੀ। ਜੀ ਤਾਂ ਮੇਰਾ ਕਰਦਾ ਫਰੀਦਕੋਟਿਓ, ਅਗਲੇ ਮਹੀਨੇ ਫਿਰ ਆਵਾਂ ਜੀ। ਅੱਛਾ ਇੱਕ ਸਾਡਾ ਗਾਣਾ ਸੀ, ਇਹ ਨਾ ਰਹਿ ਜੇ ਕਿਉਂਕਿ ਅੱਜ ਮੈਂ ਇੰਨੀਆਂ ਦਸਤਾਰਾਂ ਵੇਖੀਆਂ। ਇਹ ਸਾਡੇ ਮਾਲਵੇ ਦੀ ਸ਼ਾਨ ਨੇ, ਫਿੱਕੀਆਂ ਗੁਲਾਬੀ ਨੀੜੀਆਂ ਗੂੜੀਆਂ ਨੀਲੀਆਂ ਹਰੀਆਂ ਪੀੜੀਆਂ। ਜਦੋਂ ਕਿਤੇ ਬਾਹਰਾਂ ਮੁਲਕਾਂ 'ਚ ਜਾਂਦੇ ਹਾਂ ਤੇ ਤੁਹਾਨੂੰ ਕੋਈ ਬਾਹਰਲੀ ਕੌਮ ਦਾ ਬੰਦਾ ਤੁਹਾਡੇ ਇਤਿਹਾਸ ਬਾਰੇ ਦੱਸਦਾ, ਫਖਰ ਵੀ ਹੁੰਦਾ ਤੇ ਸ਼ਰਮ ਵੀ ਆਉਂਦੀ ਹੈ, ਦੋਨੋਂ ਚੀਜ਼ਾਂ ਹੁੰਦੀਆਂ। ਸ਼ਰਮ ਇਸ ਕਰਕੇ ਆਉਂਦੀ ਹੈ ਕਿ ਤੁਹਾਨੂੰ ਆਪ ਨੂੰ ਯਾਦ ਨਹੀਂ, ਫਖਰ ਇਸ ਕਰਕੇ ਹੁੰਦਾ ਕਿ ਉਹਨਾਂ ਨੂੰ ਵੀ ਪਤਾ ਤੁਸੀਂ ਕੌਣ। ਜ਼ੋਰਦਾਰ ਤਾੜੀ ਆਪਣੇ ਨਾਮ ਦੀ। ਪਿਛਲੀ ਵਾਰੀ ਇਸ ਤੋਂ 2 ਸਾਲ ਪਹਿਲਾਂ 2013 'ਚ ਅਸੀਂ US ਟੂਰ 'ਤੇ ਸੀਗੇ, ਕਲੀਵਲੈਂਡ ਓਹਾਇਓ ਸਟੇਟ ਦੇ ਵਿੱਚ ਇੱਕ ਸ਼ਹਿਰ ਹੈ, ਉੱਥੇ ਬੈਕ ਸਟੇਜ ਜਿੱਦਾਂ ਇਹ ਸਟੇਜ ਹੈ ਇਹਦੇ ਪਿੱਛੇ ਗ੍ਰੀਨ ਰੂਮ, ਉੱਥੇ ਇੱਕ ਬੀਬੀ ਜੀ ਸਾਨੂੰ ਗੁਰਸਿੱਖ ਬੀਬੀ ਜੀ ਸੀ ਦਮਾਲਾ ਸਜਾਇਆ ਉਹਨਾਂ ਨੇ। ਮੈਨੂੰ ਕਹਿੰਦੇ ਬੇਟਾ ਜੀ ਤੁਸੀਂ ਬਹੁਤ ਪੜ੍ਹੇ, PhD ਕੀਤੀ, ਪੜ੍ਹਾਇਆ ਵੀ ਯੂਨੀਵਰਸਿਟੀਆਂ 'ਚ, ਸ਼ਾਇਦ ਤੁਸੀਂ ਸਾਰਾ ਕੁਛ ਪੜ੍ਹਿਆ ਹੋਵੇ, ਇੱਕ ਛੋਟੀ ਜਿਹੀ ਕਿਤਾਬ ਆ ਇਹ ਵੀ ਜ਼ਰੂਰ ਪੜ੍ਹ ਲਿਓ। ਅਤੇ ਮੈਂ ਵੀ ਚਲੋ ਪਿਆਰ ਨਾਲ ਲੈ ਲਈ ਅਤੇ ਰੱਖ ਲਈ। ਜਦੋਂ ਅਸੀਂ ਵਾਪਸ ਲੋਸ ਏਂਜਲਸ ਜਾਣਾ ਸੀ ਬਾਏ ਰੋਡ 'ਤੇ ਅਸੀਂ, ਮੈਂ ਉਹ ਕਿਤਾਬ ਪੜ੍ਹਨੀ ਸ਼ੁਰੂ ਕਰਤੀ ਕਿਉਂਕਿ ਸਫ਼ਰ ਹੀ ਹੁੰਦਾ ਜਿੱਥੇ ਤੁਸੀਂ ਵਿਹਲੇ ਹੁੰਦੇ ਆ, ਖਾਸ ਤੌਰ 'ਤੇ ਇਹੋ ਜਿਹੀ ਮਸਰੂਫੀਅਤ ਜ਼ਿੰਦਗੀ ਦੇ ਵਿੱਚ। ਜਦੋਂ ਮੈਂ ਪੜ੍ਹੀ ਅਤੇ ਉਹ ਕਿਤਾਬ ਸੀ ਮਿਰਜ਼ਾ ਅੱਲ੍ਹਾ ਯਾਰ ਖਾਂ ਜੋਗੀ ਸਾਹਿਬ ਦੀ, ਜੇ ਕਿਸੇ ਨੇ ਤੁਹਾਡੇ 'ਚੋਂ ਬਹੁਤ ਸਾਰੇ ਪਤਵੰਤੇ ਹੋਣਗੇ ਜਿਨ੍ਹਾਂ ਨੇ ਪੜ੍ਹੀ ਹੋਏਗੀ, ਉਹਨਾਂ ਨੇ ਸਾਹਿਬ ਕਮਾਲ 10ਵੇਂ ਨਾਨਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਦੇ ਬਾਰੇ ਇੰਨੀ ਸ਼ਿੱਦਤ ਮੁਹੱਬਤ ਦੇ ਨਾਲ ਲਿਖਿਆ ਕਿ ਦਿਲ ਪਸੀਜ ਜਾਂਦਾ। ਅਸੀਂ ਜਦੋਂ ਵੀ ਗੱਲ ਕਰਦੇ ਹਾਂ ਕਿ ਸਾਡੇ ਸਿੱਖ ਕੌਮ ਦੀ, ਸਿੱਖ ਮਜ਼ਹਬ ਦੀ ਲੜਾਈ ਇਸਲਾਮ ਨਾਲ ਰਹੀ ਹੈ, ਪਰ ਮੈਂ ਨਹੀਂ ਸਮਝਦਾ ਕਦੀ ਕੋਈ ਮਜ਼ਹਬ ਕਿਸੇ ਮਜ਼ਹਬ ਨਾਲ ਨਹੀਂ ਲੜ ਸਕਦਾ, ਸਿਰਫ ਜ਼ੁਲਮ ਦੇ ਨਾਲ ਜ਼ੁਲਮ ਦਾ ਟਕਰਾ ਜ਼ਰੂਰ ਹੋ ਸਕਦਾ। ਸੋ ਇਸੇ ਕਰਕੇ ਇਸਲਾਮ ਵਿੱਚ ਪੈਦਾ ਹੋ ਕੇ ਮਿਰਜ਼ਾ ਅੱਲ੍ਹਾ ਯਾਰ ਖਾਂ ਜੋਗੀ ਸਾਹਿਬ ਨੇ ਇੰਨੀ ਖੂਬਸੂਰਤ ਕਲਮ ਲਿਖੀ ਕਿ ਮੇਰਾ ਜੀ ਕੀਤਾ ਮੈਂ ਉਹਨੂੰ ਰਿਕਾਰਡ ਕਰਾਂ, ਪਰ ਉਹਦਾ ਪੁੱਟ, ਉਹਦਾ ਅੰਦਾਜ਼ ਬੜਾ ਫਾਰਸੀ ਨੁਮਾ ਸੀ, ਉਰਦੂ ਜ਼ਬਾਨ ਦਾ ਲਹਿਜ਼ਾ ਸੀ ਉਹਦੇ ਵਿੱਚ। ਹੁਣ ਇਸ ਜਿਹੜਾ ਸਾਡਾ ਪੰਜਾਬ ਆ, ਹਿੰਦੁਸਤਾਨੀ ਪੰਜਾਬ, ਇਹਦੇ ਵਿੱਚ ਉਹ ਜ਼ਬਾਨ ਸਮਝਣ ਵਾਲੇ ਥੋੜ੍ਹੇ ਘੱਟ ਆ ਕਿਉਂਕਿ ਉਰਦੂ ਜ਼ਬਾਨ ਹੁਣ ਸਕੂਲਾਂ 'ਚ ਨਹੀਂ ਰਹੀ। ਸੋ ਇਸ ਕਰਕੇ ਉਸ ਕਿਤਾਬ ਤੋਂ ਮੁਤਾਸਿਰ ਹੋ ਕੇ ਔਰ ਆਪਣੇ ਆਪ ਨੂੰ ਨਿਹੋਰਾ ਮਾਰ ਕੇ ਮੈਂ ਕੀ ਲਿਖਿਆ ਸੀ, ਉਹ ਜਦੋਂ ਕੋਈ ਦੱਸੇ ਉਦੋਂ ਯਾਦ ਆਉਂਦਾ ਸਾਨੂੰ, ਕਿਸੇ ਨਹੀਂ ਯਾਦ ਕੁਰਬਾਨੀਆਂ ਦੇ, ਨਹੀਂ ਉਹ ਮਾਫ ਹੋਣੇ ਸਰਤਾਜ ਸਿੰਘਾ, ਤੇਰੇ ਕੰਮ ਨੇ ਬੜੇ ਨਾਦਾਨੀਆਂ ਦੇ, ਇਹੋ ਜ਼ਹਿਨ ਚੋਂ ਕਿਸ ਤਰ੍ਹਾਂ ਵਿਸਰੀ ਏ ਤਵਾਰੀਖ ਮੜਮੁੱਲੀ ਸ਼ਹਾਦਤਾਂ ਦੀ, ਚੜਕੇ ਚਰਖੀਆਂ ਤੇ ਆਪਾਂ ਵਾਰ ਸਿੱਖੀ ਇਹੋ ਵੱਖਰੀ ਅਦਾਈ ਇਬਾਦਤਾਂ ਦੀ। ਉਹ ਮੈਨੂੰ ਅੱਲ੍ਹਾ ਯਾਰ ਖਾਂ ਜੋਗੀ ਮਿਲਿਆ ਕੀ ਕਹਿੰਦਾ, ਇੱਕ ਦਿਨ ਮੈਨੂੰ ਬੰਦਾ ਮਿਲਿਆ ਕਹਿੰਦਾ ਸਰਦਾਰ ਜੀ, ਸੁਣਿਆ ਉਸ ਕੌਮ ਚ ਕਾਫੀ ਹੋਏ ਦਿਲਦਾਰ ਜੀ, ਦੱਸੋ ਕੁਝ ਕਿੱਸੇ ਸਾਨੂੰ ਹਿੰਮਤ ਕੁਰਬਾਨੀ ਦੇ, ਜਿਨ੍ਹਾਂ ਦੇ ਇਸ਼ਕ ਅਨੋਖੇ ਉਸ ਦਿਲ ਪਰ ਜਾਨੀ ਦੇ, ਢਿੱਲੀ ਨਾ ਪਈ ਮੈਦਾਨੀ ਉਹ ਜਿਸ ਦੀ ਰਫਤਾਰ ਜੀ, ਇੱਕ ਦਿਨ ਮੈਨੂੰ ਬੰਦਾ ਮਿਲਿਆ। ਹਾਂ ਹਾਂ
ਕਹਿੰਦਾ ਹਲਕਾ ਸੁਣ ਕੇ ਜ਼ਰਾ, ਇਹ ਸਾਰੇ ਦਾ ਸਾਰਾ ਅਫਸਾਨਾ ਬਹੁਤ ਕੀਮਤੀ ਹੈ। ਐਸੀ ਕੀ ਬਖਸ਼ਿਸ਼ ਇੱਥੇ ਕਿਕਣ ਜੋਸ਼ੀਲੇ ਨੇ, ਕਿਧਰੇ ਰੰਗ ਕੇਸਰੀਆ ਨੇ ਜੀ ਕਿਧਰੇ ਰੰਗ ਨੀਲੇ ਨੇ, ਮੁਸ਼ਕਿਲ ਮਰ ਜਾਣੀ ਨੂੰ ਵੀ ਉਥੋਂ ਡਰ ਲੱਗਦਾ ਏ, ਐਸੀ ਕਿਸ ਲਾਟ ਦਾ ਚਾਨਣ ਰੂਹਾਂ ਵਿੱਚ ਜਗਦਾ ਏ, ਇਹੋ ਜੈ ਸੂਰਮਿਆਂ ਦੇ ਮੈਂ ਕਰਨੇ ਦੀਦਾਰ ਜੀ, ਸੁਣਿਆ ਉਸ ਕੌਮ ਚ ਕਾਫੀ ਹੋਏ ਦਿਲਦਾਰ ਜੀ, ਇੱਕ ਦਿਨ ਮੈਨੂੰ ਅੱਲਾ ਮਿਲਿਆ ਜੇ ਤੁਹਾਨੂੰ ਚੰਗਾ ਲੱਗਣਾ ਜੀ ਤਾੜੀ ਦਿੰਦਾ ਸਾਥ ਦੇ। ਰੁਕੋ ਜਰਾ, ਆ ਕਰੋ ਜੀ ਰਿਕਾਰਡ ਮਾਰੋ ਪਿਆਰੇ, ਤਾੜੀ ਜਰਾ ਬੱਜ ਕੇ। ਚਮਕੌਰ ਕੜੀ ਵਿੱਚ ਸੁਣਿਆ, ਚਮਕੌਰ ਕੜੀ ਵਿੱਚ ਰੰਗ ਰੱਤੇ ਵੜ ਗਏ ਸੀ, ਤੀਰਾਂ ਦੀ ਬਾਰਿਸ਼ ਅੱਗੇ ਉਹ ਇੱਕ ਡਾਂਗੇ ਖੜ ਗਏ ਸੀ, ਲੱਖ ਲੱਖ ਨੂੰ ਕੱਲਾ ਯੋਧਾ ਭੱਜ ਭੱਜ ਕੇ ਪੈਂਦਾ ਸੀ, ਹੋਣੀ ਸ਼ਹਾਦਤ ਸਭ ਨੂੰ ਇਹੋ ਹੀ ਚਾਰ ਰਹਿੰਦਾ ਸੀ, ਜਿਸਮਾਂ ਵਿੱਚ ਕਿਵੇਂ ਦੌੜਦੀ ਸੀ ਬਿਜਲੀ ਦੀ ਤਾਰ ਜੀ, ਸੁਣਿਆ ਉਸ ਕੌਮ ਚ ਕਾਫੀ ਹੋਏ ਦਿਲਦਾਰ ਜੀ, ਇੱਕ ਦਿਨ ਮੈਨੂੰ ਬੰਦਾ ਮਿਲਿਆ ਮਰਦਾਂ ਦੀ ਫੌਜ ਨੂੰ ਇੱਕ ਪਲ ਵਿੱਚ ਮਨਫੀ ਕਰਦਾ ਸੀ ਗਫਲਤ ਦੇ ਹੌਜ ਨੂੰ, ਨੈਣਾ ਵਿੱਚ ਨਸ਼ਾ ਸਿਦਕ ਦਾ ਨੂਰ ਵੀ ਮੱਥਿਆਂ ਤੇ, ਕਰਨਾ ਨਹੀਂ ਵਾਰ ਸਿਖਾਇਆ ਜੀ ਨਾਰੀ ਨੇ ਹੱਥਿਆਂ ਤੇ, ਸਾਨੂੰ ਵੀ ਦੱਸੋ ਕੀ ਇਹ ਖੰਡੇ ਦੀ ਧਾਰ ਜੀ, ਸੁਣਿਆ ਉਸ ਕੌਮ ਚ ਕਾਫੀ ਹੋਏ ਦਿਲਦਾਰ ਜੀ, ਇੱਕ ਦਿਨ ਮੈਨੂੰ ਬੰਦਾ ਮਿਲਿਆ। ਤਾੜੀ ਨਹੀਂ ਭੁੱਲਣੀ, ਆਸ਼ੇਰ ਤੁਸੀਂ ਮੁਕੰਮਲ ਜਹਾਨ ਦੀ ਤਵਾਰੀਖ ਪੜ੍ਹ ਲਿਓ, ਇਤਿਹਾਸ ਪੜ੍ਹ ਲਿਓ, ਮੇਰਾ ਨਹੀਂ ਖਿਆਲ ਜਿੱਥੋਂ ਤੱਕ ਮੈਨੂੰ ਸਮਝ ਹੈ ਕਿ ਐਡੀ ਛੋਟੀ ਉਮਰ ਦੇ ਵਿੱਚ ਕਿਤੇ ਸ਼ਹਾਦਤ ਦਿੱਤੀ ਹੋਵੇ ਕਿਤੇ,
ਕਿਸੇ ਵੀ ਮਜ਼ਹਬ ਦੇ ਵਿੱਚ, ਕਿਸੇ ਵੀ ਕੌਮ ਦੇ ਵਿੱਚ, ਕਿਸੇ ਵੀ ਮੁਲਕ ਦੇ ਵਿੱਚ। ਕੀ ਕਹਿੰਦਾ? ਜਿਗਰਾਓ ਕਿੱਥੋਂ ਮਿਲਿਆ ਛੋਟੇ ਫਰਜ਼ੰਦਾਂ ਨੂੰ, ਜੈਕਾਰੇ ਲਾਉਂਦੇ ਆਖਣ ਜੀ ਉਸਰਨ ਦੇ ਉਹ ਕੰਧਾਂ ਨੂੰ, ਕਿਉਂ ਨਹੀਂ ਸੀ ਨਿੱਕੀਆਂ ਉਮਰਾਂ ਦਹਿਸ਼ਤ ਵਿੱਚ ਦਹਿਲਦੀਆਂ, ਨੀਹਾਂ ਮਜ਼ਬੂਤ ਕਰ ਗਏ ਉਹ ਮਜ਼ਹਬ ਦੇ ਮਹਿਲ ਦੀਆਂ। ਜ਼ੋਰਦਾਰ ਤਾੜੀ, ਜ਼ੋਰਦਾਰ ਤਾੜੀ ਆਪਣੇ ਮਜ਼ਹਬ ਦੇ ਨਾਮ ਦੀ, ਆਪਣੇ ਕੌਮ ਦੇ ਨਾਮ ਦੀ, ਆਪਣੇ ਬਹਾਦਰਾਂ ਦੇ ਨਾਮ ਦੀ, ਆਪਣੇ ਸ਼ਹੀਦਾਂ ਦੇ। ਜਿਗਰਾਓ ਕਿੱਥੋਂ ਮਿਲਿਆ ਸੀ ਛੋਟੇ ਫਰਜ਼ੰਦਾਂ ਨੂੰ, ਜੈਕਾਰੇ ਲਾਉਂਦੇ ਆਖਣ ਜੀ ਉਸਰਨ ਦੇ ਉਹ ਕੰਧਾਂ ਨੂੰ, ਕਿਉਂ ਨਹੀਂ ਸੀ ਨਿੱਕੀਆਂ ਉਮਰਾਂ ਦਹਿਸ਼ਤ ਵਿੱਚ ਦਹਿਲਦੀਆਂ, ਨੀਹਾਂ ਮਜ਼ਬੂਤ ਕਰ ਗਏ ਉਹ ਮਜ਼ਹਬ ਦੇ ਮਹਿਲ ਦੀਆਂ। ਤੱਕਿਓ ਸਰਹਿੰਦ ਵਿੱਚ ਜਾ ਕੇ, ਤੁਸੀਂ ਸਾਰਿਆਂ ਨੇ ਵੇਖੀ ਹੋਣੀ ਹੈ ਸਭਾ, ਤੱਕਿਓ ਸਰਹਿੰਦ ਵਿੱਚ ਜਾ ਕੇ, ਹਾਂ ਓਯੋ ਦੀਵਾਰ ਜੀ, ਸੁਣਿਆ ਉਸ ਕੌਮ ਚ ਕਾਫੀ ਹੋਏ ਦਿਲਦਾਰ ਜੀ, ਇੱਕ ਦਿਨ ਮੈਨੂੰ ਬੰਦਾ ਮਿਲਿਆ ਚੜ ਗਈ ਮਸਤੀ, ਫਤਿਹ ਦੀ ਬਖਸ਼ਿਸ਼ ਕਰ ਗਿਆ ਜੀ ਆਸ਼ਿਕ ਜੋਤੇ ਕਾਂਦਾ, ਜਿਹਨੇ ਦੇਖ ਦੇਖ ਫਤਿਹ ਦਾ ਨਾਰਾ ਸਾਨੂੰ ਦਿੱਤਾ, ਫਤਿਹ ਦੀ ਬਖਸ਼ਿਸ਼ ਕਰ ਗਿਆ ਜੀ ਆਸ਼ਿਕ ਜੋ ਤੇਗਾਂ ਦਾ, ਰਾਖਾ ਮਜ਼ਲੂਮਾਂ ਦਾ ਜੀ ਦਾਤਾ ਜੋ ਤੇਗਾਂ ਦਾ, ਫੱਕਰ ਜਰਨੈਲ ਅਨੋਖਾ ਰੱਖਦਾ ਸੀ ਬਾਜ਼ਾਂ ਨੂੰ, ਉਸੇ ਨੇ ਸੁੱਚੇ ਕਰਤਾ ਝੂਠੇ ਸਰਤਾਜਾਂ। ਫਤਿਹ ਦੀ ਬਖਸ਼ਿਸ਼ ਕਰ ਗਿਆ ਜੀ ਆਸ਼ਿਕ ਜੋ ਤੇਗਾਂ ਦਾ, ਰਾਖਾ ਮਜ਼ਲੂਮਾਂ ਦਾ ਜੀ ਤੇ ਦਾਤਾ ਜੋ ਤੇਗਾਂ ਦਾ, ਫੱਕਰ ਜਰਨੈਲ ਅਨੋਖਾ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਫੱਕਰ ਜਰਨੈਲ ਅਨੋਖਾ ਰੱਖਦਾ ਸੀ ਬਾਜ਼ਾਂ ਨੂੰ, ਉਸੇ ਨੇ ਸੁੱਚੇ ਕਰਤਾ ਏ ਝੂਠੇ ਸਰਤਾਜਾਂ ਨੂੰ। ਕਦੀ ਜਾਇਓ ਪੌਂਟਾ ਸਾਹਿਬ ਜਿੱਥੇ ਮਹਾਰਾਜ 52 ਕਵੀਆਂ ਦਾ ਦੀਵਾਨ ਲਾਉਂਦੇ ਸੀ, ਆਪ ਸ਼ਾਇਰੀ ਪੜ੍ਹਦੇ ਕਰਦੇ ਸੁਣਦੇ ਸੁਣਾਉਂਦੇ ਸੀ, ਮੈਨੂੰ ਉੱਥੇ ਮੌਕਾ ਮਿਲਿਆ ਉਹ ਦਰਬਾਰ ਦੇ ਸਾਹਮਣੇ ਹਾਜ਼ਰੀ ਭਰਨ ਦਾ। ਸ਼ਾਇਰ ਕਲਮਾਂ ਨੂੰ ਸਮਝਣ ਹੁਣੇ ਆਪਣੀ ਤਲਵਾਰ ਜੀ, ਸੁਣਿਆ ਉਸ ਕੌਮ ਚ ਕਾਫੀ ਹੋਏ ਦਿਲਦਾਰ ਜੀ, ਇੱਕ ਦਿਨ ਮੈਨੂੰ ਬੰਦਾ ਮਿਲਿਆ। ਇੱਕ ਦਿਨ ਮੈਨੂੰ ਬੰਦਾ ਮਿਲਿਆ ਕਹਿੰਦਾ ਸਰਦਾਰ ਜੀ, ਸੁਣਿਆ ਉਸ ਕੌਮ ਚ ਕਾਫੀ ਹੋਏ ਦਿਲਦਾਰ ਜੀ, ਦੱਸੋ ਕੁਝ ਕਿੱਸੇ ਸਾਨੂੰ ਹਿੰਮਤ ਕੁਰਬਾਨੀ ਦੇ, ਜਿਨ੍ਹਾਂ ਦੇ ਇਸ਼ਕ ਅਨੋਖੇ ਉਸ ਦਿਲ ਪਰ ਜਾਨੀ ਦੇ, ਢਿੱਲੀ ਨਾ ਪਈ ਮਦਾਨੀ ਜਿਸ ਦੀ ਰਫਤਾਰ ਜੀ, ਸੁਣਿਆ ਉਸ ਕੌਮ ਚ ਕਾਫੀ ਹੋਏ ਦਿਲਦਾਰ ਜੀ, ਇੱਕ ਦਿਨ ਮੈਨੂੰ ਬੰਦਾ ਮਿਲਿਆ ਕਹਿੰਦਾ ਸਰਦਾਰ ਜੀ, ਸੁਣਿਆ ਉਸ ਕੌਮ ਚ ਕਾਫੀ ਹੋਏ ਦਿਲਦਾਰ ਜੀ, ਦੱਸੋ ਕੁਝ ਕਿੱਸੇ ਸਾਨੂੰ ਹਿੰਮਤ ਕੁਰਬਾਨੀ ਦੇ,
ਜਿੰਨਾ ਤੇ ਇਸ਼ਕ ਅਨੋਖੇ ਉਸ ਦਿਲ ਪਰ ਜਾਨੀ ਤੇ ਦਿੱਲੀ ਨਾ ਪਈ ਮੈਦਾਨੀ ਜਿਸ ਦੀ ਰਫਤਾਰ ਦੀ ਸੁਣਿਆ ਇਸ ਕੌਮ ਚ ਕਾਫੀ ਹੋਏ ਦਿਲਦਾਰ ਦੀ ਇੱਕ ਦਿਨ ਮੈਨੂੰ ਬੰਦਾ ਮਿਲਿਆ